ਬਿਸਮਿਲ੍ਲਾ ਰਹਿਮਾਨ ਰਹੀਮ। ਅੱਜ ਅਸੀਂ ਤੁਹਾਨੂੰ ਤਿੰਨ ਅਜਿਹੇ ਘਰ ਦੱਸਾਂਗੇ, ਤਿੰਨ ਅਜਿਹੇ ਕੰਮ ਦੱਸਾਂਗੇ ਜਿਨ੍ਹਾਂ ਘਰਾਂ ਦੇ ਵਿੱਚ ਮਾਤਾ ਲਕਸ਼ਮੀ ਕਦੇ ਨਹੀਂ ਆਉਂਦੀ। ਉਹਨਾਂ ਘਰਾਂ ਦੇ ਵਿੱਚ ਗਰੀਬੀ ਲਗਾਤਾਰ ਬਣੀ ਰਹਿੰਦੀ ਆ, ਘਰ ਵਿੱਚ ਉਹ ਪੂਰੀਆਂ ਖੁਸ਼ੀਆਂ ਨਹੀਂ ਮਿਲਦੀਆਂ। ਉਹ ਤਿੰਨ ਕਿਹੜੇ ਕੰਮ ਆ, ਕਿਹੜੇ ਘਰ ਆ, ਇਸੇ ਬਾਰੇ ਜਾਣਾਂਗੇ। ਸੋ ਹੱਥ ਜੋੜ ਕੇ ਬੇਨਤੀ ਆ, ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ, ਤਾਂ ਹੀ ਤੁਹਾਨੂੰ ਪੂਰੀ ਗੱਲ ਦੀ ਸਮਝ ਲੱਗੇਗੀ। ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਮਾਤਾ ਲਕਸ਼ਮੀ ਸਾਡੇ ਘਰ ਵਿੱਚ ਆਵੇ, ਸਾਡੇ ਘਰ ਦੇ ਵਿੱਚ ਧਨ ਦੌਲਤ ਦੀ ਕੋਈ ਕਮੀ ਨਾ ਰਹੇ। ਪਰ ਇਸ ਕੰਮ ਦੇ ਲਈ ਸਾਨੂੰ ਵੀ ਕੁਝ ਗੱਲਾਂ ਦਾ ਖਿਆਲ ਰੱਖਣਾ ਪਵੇਗਾ, ਕੁਝ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ, ਫਿਰ ਹੀ ਧਨ ਦੌਲਤ ਸਾਡੇ ਘਰ ਵਿੱਚ ਟਿਕ ਸਕਦੀ ਆ। ਆਓ ਅੱਜ ਦੀ ਵੀਡੀਓ ਵੱਲ ਚੱਲਦੇ ਹਾਂ। ਨੰਬਰ ਇੱਕ, ਜਿਸ ਘਰ ਦੀਆਂ ਔਰਤਾਂ ਚੁਗਲੀ ਕਰਦੀਆਂ, ਦੂਸਰੇ ਦੀ ਨਿੰਦਿਆ ਬੁਰਾਈ ਕਰਦੀਆਂ, ਘਰ ਦੇ ਵਿੱਚ ਕਾਮ ਵਾਸਨਾ ਦੇ ਵਿੱਚ ਭਿੱਜੀਆਂ ਰਹਿੰਦੀਆਂ, ਗਲਤ ਕੰਮਾਂ ਵੱਲ ਜਿਨ੍ਹਾਂ ਦਾ ਜ਼ਿਆਦਾ ਧਿਆਨ ਆ, ਗਰੁੜ ਪੁਰਾਣ ਦੇ ਅਨੁਸਾਰ ਇੱਦਾਂ ਦੇ ਘਰਾਂ ਦੇ ਵਿੱਚ ਮਾਤਾ ਲਕਸ਼ਮੀ ਕਦੇ ਨਹੀਂ ਜਾਂਦੀ। ਇੱਦਾਂ ਦੇ ਘਰਾਂ ਦੇ ਉਹ ਨੇੜੇ ਤੇੜੇ ਵੀ ਨਹੀਂ ਰਹਿੰਦੇ ਮਾਤਾ ਲਕਸ਼ਮੀ। ਇਸ ਕਰਕੇ ਔਰਤਾਂ ਨੂੰ ਆਪਣਾ ਆਚਰਣ, ਆਪਣੀਆਂ ਆਦਤਾਂ ਸੁਧਾਰਨੀਆਂ ਪਵੇਗੀਆਂ, ਤਾਂ ਹੀ ਮਾਤਾ ਲਕਸ਼ਮੀ ਉਹਨਾਂ ਦੇ ਘਰ ਵਿੱਚ ਆਵੇਗੀ, ਨਹੀਂ ਤਾਂ ਘਰ ਵਿੱਚ ਲਗਾਤਾਰ ਗਰੀਬੀ ਬਣੀ ਰਹੇਗੀ। ਦੂਸਰਾ, ਜਿਸ ਘਰ ਦੇ ਵਿੱਚ ਔਰਤਾਂ ਝਾੜੂ ਨੂੰ ਪੈਰ ਮਾਰਦੀਆਂ, ਠੋਕਰਾਂ ਮਾਰਦੀਆਂ, ਉਸ ਘਰ ਵਿੱਚ ਕਹਿੰਦੇ ਆ ਕਿ ਧਨ ਹਾਨੀ ਹੁੰਦੀ ਆ, ਧਨ ਲਾਭ ਕਦੇ ਨਹੀਂ ਹੁੰਦਾ, ਘਰ ਵਿੱਚ ਲਗਾਤਾਰ ਗਰੀਬੀ ਬਣੀ ਰਹਿੰਦੀ ਆ, ਕਿਉਂਕਿ ਕਹਿੰਦੇ ਹਨ ਕਿ ਝਾੜੂ ਵਿੱਚ ਵੀ ਲਕਸ਼ਮੀ ਵਾਸ ਹੁੰਦਾ। ਇਸ ਕਰਕੇ ਝਾੜੂ ਦਾ ਵੀ ਸਾਨੂੰ ਆਦਰ ਸਤਿਕਾਰ ਹੀ ਕਰਨਾ ਚਾਹੀਦਾ, ਇਹਨੂੰ ਟਿਕਾਣੇ ਸਿਰ ਸਹੀ ਥਾਂ 'ਤੇ ਰੱਖਣਾ ਚਾਹੀਦਾ, ਇਹਨੂੰ ਠੋਕਰਾਂ ਨਹੀਂ ਮਾਰਨੀਆਂ ਚਾਹੀਦੀਆਂ। ਇਸ ਗੱਲ ਦਾ ਵੀ ਔਰਤਾਂ ਨੂੰ ਖਿਆਲ ਰੱਖਣਾ ਚਾਹੀਦਾ। ਅਤੇ ਨਾਲ ਹੀ ਜਿਹੜੀਆਂ ਔਰਤਾਂ ਰਾਤ ਦੇ ਜੂਠੇ ਭਾਂਡਿਆਂ ਨੂੰ ਜੂਠੇ ਹੀ ਰਹਿਣ ਦਿੰਦੀਆਂ ਕਿ ਚਲੋ ਸਵੇਰ ਨੂੰ ਉੱਠ ਕੇ ਧੋ ਲਵਾਂਗੇ, ਇਹ ਵੀ ਬਹੁਤ ਵੱਡੀ ਗਲਤੀ ਆ। ਇਸ ਨਾਲ ਵੀ ਘਰ ਵਿੱਚ ਦਰਿੱਦਰਤਾ ਆਉਂਦੀ ਆ, ਮਾਤਾ ਲਕਸ਼ਮੀ ਉੱਥੇ ਕਦੇ ਵਾਸ ਨਹੀਂ ਕਰਦੀ। ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਮਾਤਾ ਲਕਸ਼ਮੀ ਉੱਥੇ ਹੀ ਵਾਸ ਕਰੇਗੀ ਜਿਸ ਘਰ ਦੇ ਵਿੱਚ ਸਾਫ਼ ਸਫਾਈ ਹੋਵੇਗੀ, ਨਿਰਮਲਤਾ ਹੋਵੇਗੀ। ਜੇਕਰ ਘਰ ਵਿੱਚ ਝਾੜੂ ਪੋਚਾ ਨਹੀਂ ਲੱਗਦਾ, ਜੂਠੇ ਭਾਂਡੇ ਪਏ ਆ ਤਾਂ ਪਏ ਆ, ਕੋਈ ਨਹੀਂ ਬਾਅਦ 'ਚ ਧੋ ਲਵਾਂਗੇ, ਇੱਦਾਂ ਦੇ ਘਰਾਂ ਦੇ ਵਿੱਚ ਮਾਤਾ ਲਕਸ਼ਮੀ ਆਉਣਾ ਕਤਈ ਪਸੰਦ ਨਹੀਂ ਕਰਦੇ। ਇਸ ਕਰਕੇ ਇਹਨਾਂ ਗੱਲਾਂ ਦਾ ਵੀ ਧਿਆਨ ਰੱਖੋ। ਤੀਸਰਾ, ਜਿਸ ਘਰ ਦੇ ਵਿੱਚ ਜੀਵ ਜੰਤੂਆਂ ਨੂੰ ਝਿੜਕੇ ਮਾਰੇ ਜਾਂਦੇ ਆ, ਉਹਨਾਂ ਦੇ ਡੰਡੇ ਮਾਰੇ ਜਾਂਦੇ ਆ, ਉਹਨਾਂ ਨੂੰ ਦਬਕੇ ਮਾਰੇ ਜਾਂਦੇ ਆ, ਪਕਸ਼ੀਆਂ ਦੇ ਲਈ ਪਾਣੀ ਜਾਂ ਭੋਜਨ ਨਹੀਂ ਕੱਢਿਆ ਜਾਂਦਾ, ਉਹਨਾਂ ਘਰਾਂ ਦੇ ਵਿੱਚ ਵੀ ਮਾਤਾ ਲਕਸ਼ਮੀ ਵਾਸ ਨਹੀਂ ਕਰਦੇ। ਜੇਕਰ ਸਾਡੇ ਦਰ 'ਤੇ ਕੋਈ ਫਕੀਰ ਆਵੇ ਤਾਂ ਉਹ ਖਾਲੀ ਪੇਟ ਨਾ ਜਾਵੇ, ਉਹਨੂੰ ਲੋੜ ਅਨੁਸਾਰ ਜਿੰਨਾ ਤੁਸੀਂ ਕਰ ਸਕਦੇ ਆ ਉਹਦਾ ਆਦਰ ਸਤਿਕਾਰ ਜ਼ਰੂਰ ਕਰੋ, ਉਹਨੂੰ ਖਾਣਾ ਜ਼ਰੂਰ ਖਿਲਾਓ, ਪਕਸ਼ੀਆਂ ਲਈ ਵੀ ਭੋਜਨ ਜ਼ਰੂਰ ਕੱਢੋ, ਉਹਨਾਂ ਦੇ ਲਈ ਪਾਣੀ ਦੀ ਵਿਵਸਥਾ ਕਰੋ। ਜਿਨ੍ਹਾਂ ਘਰਾਂ ਦੇ ਵਿੱਚ ਇਹ ਕੰਮ ਨਹੀਂ ਕੀਤੇ ਜਾਂਦੇ, ਜੀਵ ਜੰਤੂਆਂ ਦੇ ਵੀ ਡੰਡੇ ਮਾਰੇ ਜਾਂਦੇ ਆ ਰੋਟੀ ਲਈ, ਉਹਨਾਂ ਨੂੰ ਦਬਕੇ ਮਾਰੇ ਜਾਂਦੇ ਆ, ਉਹਨਾਂ ਘਰਾਂ ਵਿੱਚ ਵੀ ਮਾਤਾ ਲਕਸ਼ਮੀ ਵਾਸ ਨਹੀਂ ਕਰਦੇ। ਇਸ ਗੱਲ ਦਾ ਵੀ ਤੁਹਾਨੂੰ ਖਾਸ ਖਿਆਲ ਰੱਖਣਾ ਪਵੇਗਾ। ਨਾਲ ਨਾਲ ਅਸੀਂ ਕੁਝ ਕੁ ਗੱਲਾਂ ਤੁਹਾਨੂੰ ਹੋਰ ਦੱਸਦੇ ਹਾਂ ਜਿਹੜੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ। ਜਿਹੜੀਆਂ ਘਰ ਦੀਆਂ ਔਰਤਾਂ ਘਰ ਦੀ ਦਹਿਲੀਜ਼ ਵਿੱਚ ਬਹਿ ਕੇ ਭੋਜਨ ਕਰਦੀਆਂ,
ਹਿੰਦੂ ਸ਼ਾਸਤਰਾਂ ਦੇ ਅਨੁਸਾਰ ਇਹਨੂੰ ਬਹੁਤ ਵੱਡਾ ਅਪਰਾਧ ਮੰਨਿਆ ਜਾਂਦਾ ਹੈ। ਇਸ ਨੂੰ ਦਲਿੱਦਰਤਾ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਇਸ ਕਰਕੇ ਔਰਤਾਂ ਨੂੰ ਇਹ ਵੀ ਕੰਮ ਨਹੀਂ ਕਰਨਾ ਚਾਹੀਦਾ। ਉਹਦੇ ਨਾਲ ਨਾਲ ਬੇਹਿਸਾਬਾ ਭੋਜਨ ਕਰਨਾ, ਪਤੀ ਦੀ ਕਮਾਈ ਨੂੰ ਫਜ਼ੂਲ ਖਰਚਣਾ, ਜਿੱਥੇ ਲੋੜ ਨਹੀਂ ਆ ਉੱਥੇ ਵੀ ਵਾਧੂ ਪੈਸੇ ਖਰਚਣੇ, ਫਾਲਤੂ ਦੀਆਂ ਚੀਜ਼ਾਂ 'ਤੇ ਖਰਚਾ ਕਰਨਾ, ਇਹ ਵੀ ਘਰ ਦੀ ਬਰਬਾਦੀ ਦੀਆਂ ਮੁੱਖ ਨਿਸ਼ਾਨੀਆਂ ਆ। ਇਸ ਕਰਕੇ ਸਾਨੂੰ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਘਰ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਕਿ ਮਾਤਾ ਲਕਸ਼ਮੀ ਵਾਸ ਕਰੇ। ਸਭ ਤੋਂ ਪਹਿਲੀ ਗੱਲ, ਹਫ਼ਤੇ 'ਚ ਇੱਕ ਵਾਰੀ ਪਾਣੀ ਦੇ ਵਿੱਚ ਲੂਣ ਪਾ ਕੇ ਪੂਰੇ ਘਰ ਦੇ ਵਿੱਚ ਪੋਚਾ ਲਗਾਉਣਾ ਚਾਹੀਦਾ, ਜਿਸ ਨਾਲ ਘਰ ਵਿੱਚ ਲਕਸ਼ਮੀ ਮਾਤਾ ਦਾ ਵਾਸ ਹੁੰਦਾ ਹੈ। ਉਹਦੇ ਨਾਲ ਨਾਲ ਘਰ ਵਿੱਚ ਫਜ਼ੂਲ ਖਰਚੇ ਸਾਨੂੰ ਆਪ ਸੋਚ ਸਮਝ ਕੇ ਬੰਦ ਕਰਨੇ ਪੈਣਗੇ। ਜਿੱਥੇ ਲੋੜ ਆ, ਜਿੰਨੀ ਲੋੜ ਆ ਉਨਾ ਹੀ ਖਰਚਾ ਕਰੋ। ਉਹਦੇ ਨਾਲ ਨਾਲ ਘਰ ਵਿੱਚ ਕੋਈ ਫਕੀਰ ਆਵੇ, ਕੋਈ ਮੰਗਣ ਵਾਲਾ ਆਵੇ, ਪਸ਼ੂ ਪੰਛੀਆਂ ਲਈ, ਜਾਨਵਰਾਂ ਦੇ ਲਈ ਭੋਜਨ ਜ਼ਰੂਰ ਕੱਢੋ। ਨੇਕ ਕਮਾਈ ਕਰੋ, ਉਹਦਾ ਦਸਵੰਧ ਕੱਢੋ, ਲੋੜਵੰਦਾਂ ਦੀ ਸਹਾਇਤਾ ਕਰੋ। ਘਰ ਵਿੱਚ ਏਕੇ ਦੇ ਨਾਲ ਰਹੋ, ਪ੍ਰੇਮ ਪਿਆਰ ਦੇ ਨਾਲ ਰਹੋ। ਮਾਤਾ ਲਕਸ਼ਮੀ ਕਦੇ ਘਰੋਂ ਨਹੀਂ ਜਾਣਗੇ।